एक ही विवाद दे विच किसान यूनियन ते सरकार आमो सामने हुई सी कि किसान कहिंदे सन कि असी झोनी दी लवाई 10 जून तो शुरू करनी आ ते सरकार कहिंदी सी 25 जून तो शुरू करनी आ। उत्थे किते ना किते किसानां दी जित हुंदी नज़र आई अते किसानां ने ऐलान कर दिता कि झोनिया की लवाई 10 जून नूं ही शुरू की जाएगी। इस संबंधी सिंचाई विभाग दे अहुदेदारां नाल मीटिंग हुई अते उन्हां नूं कहा गया कि वह 10 जून नूं नहरां विच पाणी छड्ड देणगे, पर किते ना किते सिंचाई विभाग दे ऑफिसर इस गल तो भजदे नजर आए। तो फिर किसान आगू गुरमेत सिंह थरीएवाल ने जो कि भारतीय किसान यूनियन एकता उगराहां दा अहुदेदार है, मजीठी तो ब्लाक आगू है, उसने खुद जाके अलीवाल नहरां विच पानी छड्डण दा काम करवाया। तो इस गल दी सारे पासे चर्चा है कि सिंचाई विभाग दे अहुदेदार भज्जे, पर फिर इस गभरू ने उत्थे जाके अपने हत्थां दे नाल गेट खोले। ਇਹ ਗੇਟ ਖੁੱਲਣ ਦੇ ਨਾਲ ਅੱਪਰ ਬਾਰੀ ਦੁਆਬ ਨਹਿਰ ਅਤੇ ਲਾਹੌਰ ਬ੍ਰਾਂਚ ਨਹਿਰ ਵਿੱਚ ਪਾਣੀ ਆ ਗਿਆ, ਜਿਸ ਨਾਲ ਮਜੀਠੀ ਹਲਕੇ ਦੇ ਸਾਰੇ ਪਿੰਡਾਂ ਦੇ ਨਹਿਰਾਂ ਸੂਏ ਚੱਲ ਪਏ ਅਤੇ ਖੇਤਾਂ ਨੂੰ ਪਾਣੀ ਮਿਲਣਾ ਸ਼ੁਰੂ ਹੋ ਗਿਆ। ਇਸ ਦਲੇਰਾਨਾ ਕਾਰਵਾਈ ਦੇ ਲਈ ਗੁਰਮੇਲ ਸਿੰਘ ਥਰੀਏਵਾਲ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਗੁਰਮੇਲ ਸਿੰਘ ਦੇ ਇਸ ਫੈਸਲੇ ਦੇ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਪ੍ਰਸ਼ਾਸਨ ਨੂੰ ਜਿਹੜਾ ਕੱਲ੍ਹ ਤੋਂ ਕਿਹਾ ਗਿਆ ਸੀ ਕਿ ਜਿਹੜੇ ਸੂਬੇ ਆ ਜਿਹੜੇ ਸਹੀ ਆ ਸਾਡੇ ਵੀ ਆ ਦੇ ਪੱਕੀਆਂ ਨਹਿਰਾਂ ਵਾ ਉਹਨਾਂ ਨੂੰ ਕੱਢਿਆ ਜਾਵੇ। ਇਹਨਾਂ ਨੇ 3 ਵਜੇ ਦਾ ਟਾਈਮ ਹੀ 3 ਵਜੇ ਤੋਂ ਬਾਅਦ ਜਿਹੜੇ ਪਹਿਲਾਂ ਇਹਨਾਂ ਨੇ ਸਾਡੇ ਨਾਲ ਮੀਟਿੰਗ ਰੱਖੀ ਉਹਦੇ ਕਾਰਨ ਜਿਹੜਾ ਵਾ ਪੁੱਛਿਆ ਹਾਂ ਦਵਾਇਆ ਪ੍ਰਸ਼ਾਸਨ ਨੇ ਵੀ ਅਸੀਂ ਜਿਹੜੇ ਸੂਬੇ ਆ ਤੁਹਾਡੇ ਛੱਡਦੇ ਆ। 3 ਤੋਂ ਜਿਹੜੇ ਆ ਇੱਕ ਮਜੀਠਾ ਉਹ ਵੀ ਸੁਭਾਅ ਟਿੱਕੀ ਪਿੰਡੀ ਤੋਂ ਮਜੀਠੇ ਨੂੰ ਜਾਂਦਾ ਉਹ ਵੀ ਛੱਡਿਆ ਗਿਆ ਸੀ ਅਤੇ ਘੋਮੇ ਵਾਲੀ ਨਹਿਰ ਵੀ ਛੱਡੀ ਗਈ ਸੀ ਅਤੇ ਜਿਹੜੀਆਂ ਹੋਰ ਵੀ ਪਰੇ ਨੂੰ ਜਾਂਦੀਆਂ ਨਹਿਰਾਂ ਉਹ ਵੀ ਛੱਡੀਆਂ ਗਈਆਂ। ਇਹਦੇ ਵਿੱਚ ਜਿਹੜਾ ਥਰੀਏ ਵਾਲਾ ਸੂਬਾ ਸੀ ਉਹ ਇੱਕ ਤਾਂ ਸਾਫ਼ ਹੋਣ ਵਾਲਾ, ਕਹਿੰਦੇ 3 ਦਿਨ ਦਾ ਟਾਈਮ ਦੇ ਆਪ ਜਾ ਜਾਂਦੇ 3 ਦਿਨ ਬਾਅਦ ਜਿਹੜਾ ਉਹ ਛੱਡਿਆ ਜਾਊਗਾ। ਜਿਹੜਾ ਇੱਕ ਸਾਫ਼ ਆ ਉਹਨੂੰ ਜਿਹੜਾ ਇਹਨਾਂ ਨੇ ਕਿਹਾ ਵੀ ਅਸੀਂ ਛੱਡਤਾ ਉਹ ਇਹਨਾਂ ਨੇ ਜਾਣ ਬੁੱਝ ਕੇ ਫਿਰ ਬੰਦ ਕਰਤਾ। ਇਹ ਗੱਲ ਤੋਂ ਜਿਹੜਾ ਭੱਜ ਗਏ ਅਸੀਂ ਫਿਰ ਜਿਹੜਾ ਵਾ ਕਾਲ ਦਿੱਤੀ ਆ ਵੀ ਅਸੀਂ ਹਾਈਵੇ ਜਿਹੜਾ ਠੱਪ ਕਰਾਂਗੇ। ਹੁਣ ਅਸੀਂ ਇੱਥੇ ਅਲੀ ਵਾਲ ਆਏ ਹਾਂ, ਸਾਨੂੰ ਫਿਰ ਸੀ ਆਈ ਜੀ ਨੇ ਪ੍ਰਸ਼ਾਸਨ ਨੇ ਜਿਹੜਾ ਇੱਥੇ ਸੱਦਿਆ ਸੀ ਇਹਨਾਂ ਨਾਲ ਮੀਟਿੰਗ ਕਰਾਈ, ਹੁਣ ਇਹ ਜਿਹੜਾ ਸੂਬਾ ਵਾ ਤਰੀ ਵਾਲ ਵਾਲਾ ਛੱਡਤਾ ਵਾ ਅਤੇ ਉਹ ਜਿਹੜਾ ਸੂਬਾ ਜਿਹੜਾ ਚਲਾਤਾ ਵਾ ਕੁਝ ਵੀ ਟਾਈਮ ਦੇ ਵਿੱਚ ਜਿਹੜਾ ਵਾ ਪਾਣੀ ਉਹ ਪਹੁੰਚਦੀ ਗੱਲ।